ਮੇਰੇ ਛਲੇ ਦਾ ਕਸੂਤੇ ਫਸ ਗਏ ਯਾਰ। ਪਸ਼ਨਾ ਤਾਂ ਸੀਗਾ ਉਦੋਂ ਮੇਰਾ ਸ਼ਾਲਾ, ਮੈਂ ਵੀ ਲਾਲਚ ਕਰ ਲਿਆ। ਮੇਰਾ ਸ਼ਾਲਾ ਮੈਨੂੰ ਕਹਿੰਦਾ ਤੂੰ ਇੱਧਰ ਆ ਜਾ, ਤੈਨੂੰ ਸਾਰੇ ਘਰ ਦੀ ਜ਼ਿੰਮੇਵਾਰੀ ਦੇਵਾਂਗੇ, ਚੌਧਰ ਆਪ ਦੀ ਚਲਾਈ। ਲਾਲਚ ਤੂੰ ਵੀ ਫਸ ਗਿਆ ਭਲਾਥ ਵਾਲਿਆ, ਸਾਰਾ ਲਾਲਚ ਬੁਰੀ ਬਲਾ ਹੈ। ਜੇ ਹੁਣ ਮੈਂ ਪਿੱਛੇ ਮੁੜਦਾ ਆਂਢ ਗੁਆਂਢ ਲੋਕ ਕੀ ਕਹਿਣਗੇ, ਪਰ ਲੋਕਾਂ ਨੇ ਕੀ ਕਹਿਣਾ। ਲੋਕਾਂ ਨੂੰ ਤਾਂ ਚਾਰ ਬਾਰਾਂ ਗਏ ਗੱਪ ਲੋਕਾਂ ਨੇ ਮਗਰ ਲੱਗ ਜਾਣਾ ਵੀ ਆਏ ਸੀ ਆਏ ਸੀ ਆਏ ਸੀ। ਚੰਗਾ ਭਲਾ ਟਿਕਿਆ ਸੀ, ਚੰਗਾ ਭਲਾ ਟਿਕਿਆ ਸੀ, ਮੇਰੇ ਛਾਲੇ ਦਾ ਮਗਰ ਲੱਗ ਗਿਆ ਹੈ। ਨਾਲੇ ਉਹਨੇ ਮੇਰੇ ਤੇ ਪਰਚੇ ਕਰਾਤੇ ਚਾਰ ਪੰਜ ਯਾਰ, ਮੈਨੂੰ ਪਤਾ ਹੀ ਨਹੀਂ ਸੀ ਵੀ ਇਹਨਾਂ ਦੀ ਚੌਧਰ ਆ ਜਾਣੀ ਹੈ। ਚੌਧਰ ਤਾਂ ਮੇਰੇ ਛਾਲੇ ਦੀ ਇਹਨਾਂ ਦੀ ਹੈਗੀ ਹੁਣ ਹੈ। ਹੁਣ ਕਿਵੇਂ ਕਰੀਏ, ਅਕੇਲੇ ਕਿਤੇ ਦਿੱਲੀ ਵੱਗ ਗਿਆ ਝੋਲਾ ਚੱਕ ਕੇ, ਕਿਤੇ ਉਹ ਜਿਹੜਾ ਸ਼ਰਾਬ ਪੀਣਾ ਜਿਹਾ ਪੈਗ ਲਾ ਕੇ ਉਹਦੇ ਮਗਰ ਲੱਗਿਆ ਰਿਹਾ ਹੈ। ਮੈਨੂੰ ਮੇਰਾ ਸਾਲਾ ਆਏ ਸੀ, ਸਾਰੇ ਕਹਿੰਦੇ ਸੀ ਵੀ ਇਹਨਾਂ ਦੀ ਚੌਧਰ ਆਊ, ਇਹਨਾਂ ਦੀ ਚੌਧਰ ਆਊ। ਆਪਾਂ ਵੀ ਪਲਟੀ ਮਾਰੀ ਵੀ ਆਪਾਂ ਨੂੰ ਵੀ ਕੋਈ ਨਾ ਕੋਈ ਆਉਂਦਾ। ਮੇਰੇ ਸਾਲੇ ਦਾ ਯਾਰ ਕੁਛ ਨਹੀਂ ਬਣਿਆ, ਹੁਣ ਤਾਂ ਗੱਲ ਸੁਣ ਲਾ ਭਲਾਥ ਵਾਲਿਆ, ਮਾਰ ਛਾਲ ਤੇ ਆ ਜਾ ਇੱਧਰ ਹੈਂ। ਜੇ ਇਕੱਲਾ ਜਾਂਦਾ ਯਾਰ ਫਿਰ ਵੀ ਮੇਰੇ ਸਾਲਾ ਵਾਲੇ ਨੂੰ ਤੇ ਪਤਾ ਉਡਾਲੇ ਨੂੰ ਨਾਲ ਲੈ ਕੇ ਚੱਲ ਗਈ। ਉਹ ਲਾਲਚ ਦੇ ਉਹ ਤਾਂ ਲਾਲਚੀ ਬੰਦੇ ਆ, ਉਹਨਾਂ ਦਾ ਕੋਈ ਦੀਨ ਮਾਨ ਥੋੜ੍ਹੀ ਆ ਜਾਣਾ ਉਹਨਾਂ ਨੇ। ਦੇਖੀ ਜਾਓ ਜਾ ਕੇ ਮਾਰ ਦੇਖੀ ਯਾਰ ਪੰਪ, ਕੁਛ ਨਹੀਂ ਹੁੰਦਾ ਅੱਜ ਕੱਲ੍ਹ। ਕਿਹੜੀ ਯਾਰ ਗੱਲ ਛੋੜੇ, ਮੇਰੇ ਅਸਲ ਅੱਜ ਕੱਲ੍ਹ ਕੁਛ ਨਹੀਂ ਹੁੰਦਾ ਹੈਗਾ। ਲੋਕ ਆਪੇ ਕਹਿ ਕਹਾ ਕੇ ਹਟ ਜਾਣਗੇ ਚਾਰ ਦਿਨ ਹੋਰ, ਇੰਨੀ ਯਾਦਾਸ਼ਤ ਨਹੀਂ ਲੋਕਾਂ ਦੀ ਤਕੜੀ ਰਹਿ ਗਈ। ਚੱਲ ਉਹਨਾਂ ਕੋਲ ਚੱਲਦੇ ਆ, ਮੋਟਰ 'ਤੇ ਚੱਲਦੇ, ਕਿਆ ਨਾ ਚੱਲ ਗਏ ਵੀ ਬਾਹਰੋਂ ਕਿੰਨਾ ਫੰਡ ਆਇਆ, ਉਹ ਨਾਲੇ ਆਪਾਂ ਦੇਸ਼ ਵਿਦੇਸ਼ ਵੀ ਘੁੰਮੇ ਆਏ। ਉਹ ਮੈਨੂੰ ਕਿਹੜਾ ਮਲੰਗ ਨੂੰ ਪੁੱਛਦਾ ਸੀ, ਕੋਈ ਰਿਸ਼ਤਾ ਨੀ ਆਉਂਦਾ ਸੀ, ਮਾਸਟਰੀ ਨਾਲ ਵਿਆਹ ਹੋ ਗਿਆ, ਢੋਲੇ ਦੀਆਂ ਲਾਉਣੇ ਆ, ਤੂੰ ਕਹਿੰਦਾ ਕੁਛ ਨੀ ਖੱਟਿਆ। ਉਹ ਖੱਟਣ ਨੂੰ ਕੀ ਕਰਾਂਗੇ, ਲੋਕ ਤਾਂ ਆਪਾਂ ਨੂੰ ਗਾਲਾਂ ਕੱਢੀ ਜਾਂਦੇ ਨੇਗੇ। ਉਹ ਲੋਕ ਤਾਂ ਗਾਲਾਂ ਕੱਢਦੇ ਹੀ ਹੁੰਦੇ ਨੇ, ਤੈਨੂੰ ਪਤਾ ਲੋਕ ਗਾਲਾਂ ਕੱਢ ਕੇ ਭੁੱਲ ਜਾਂਦੇ ਨੇ। ਇੱਕ ਗੱਲ ਹੋਰ ਦੱਸਦਾ ਮੋੜਾ ਵਾਲਾ ਤੈਨੂੰ, ਆ ਯਾਰ ਤਾਵਾਂ ਜੀ ਨਹੀਂ ਭਰਦੀ, ਮੈਨੂੰ ਆਇਆ ਵੀ ਵੱਡੀ ਚੌਧਰ ਹੋਵੇ, ਕੋਈ ਵੱਡਾ ਆਉਂਦਾ ਹੋਵੇ ਆਪਣੇ ਕੋਲੇ। ਇਹ ਤਾਂ ਹੈ, ਲਾ ਫਿਰ ਕੋਈ ਜੁਗਾੜ, ਜਿੱਥੇ ਇੰਨੇ ਲਾ ਤੇ ਇੱਕ ਹੋਰ ਲਾ ਕੋਈ ਜੁਗਾੜ। ਉਹ ਲਾਉਂਦੇ ਆ ਕੋਈ ਜੁਗਾੜ, ਪਹਿਲਾਂ ਮੈਂ ਤੈਨੂੰ ਐਂ ਕਹਿੰਦਾ ਆਪਾਂ ਦੇਖਦੇ ਆ ਲੋਕਾਂ ਦਾ ਟੰਗ ਟੰਗ ਬੂਟਾਂ 'ਚ, ਨਾਲੇ ਤੈਨੂੰ ਪਤਾ ਟਾਈਮ ਪਿਆ ਗਾ ਹਲੇ, ਇਹ ਤਾਂ ਸੋਚਦੇ ਆ ਕੁਛ ਹੱਲ ਤਾਂ ਕਰਨਾ ਹੀ ਪਊ ਆਪਾਂ ਨੂੰ। ਹਾਂ ਜੁਗਾੜ ਤਾਂ ਕੋਈ ਲਾਉਣਾ ਪਊ। ਇਹ ਬੈਠੇ ਦੋਨੇ ਜਾਣੇ, ਮੰਨਣਗੇ ਖਰੀ ਮੇਰੇ ਛਾਲੇ, ਨਹੀਂ ਮੰਨਣਗੇ। ਮੰਨ ਤਾਂ ਇਹਨਾਂ ਨੇ ਜਾਣਾ ਹੀ ਆ, ਇਹਨਾਂ ਦਾ ਕਿਹੜਾ ਕੋਈ ਦੀਨ ਮਾਨ ਹੈ। ਮੰਨ ਜਾਣਾ ਮਨਾ ਲੇਗਾ ਤੂੰ, ਜਦੋਂ ਦਿਲ ਤੇ ਹੱਥ ਰੱਖ ਕੇ ਮਾਰੇ ਨਾ ਚੇਅਰ ਡਾਈ ਲਿਆ ਕੇ ਮੰਨ ਜਾਣਾ ਇਹਨਾਂ ਨੇ। ਚੋਲੀ ਚੌਕੀ ਆ ਵੀ ਆ ਜਾ ਕੋਈ, ਓ ਕਿਵੇਂ ਆ ਮੌੜਾ ਵਾਲਿਆ, ਓ ਪਲਾਉੜ ਗਿਆ, ਓ ਕੰਜਰ ਦੇ ਭੈੜ ਭੈੜ ਹੰਭ ਗਏ ਮੇਰੇ ਛਾਲੇ ਵਾ ਤੁਹਾਨੂੰ ਹੈ। ਇਹ ਆ ਅਸੀਂ ਵੀ ਤੈਨੂੰ ਕਿੰਨੇ ਟਾਈਮ ਤੇ ਯਾਦ ਕਰੀ ਜਾਂਦੇ ਸੀ। ਉਹ ਮੈਂ ਤਾਂ ਚੜਕੇ ਦਾ ਤੁਹਾਨੂੰ ਭਾਲਦਾ ਫਿਰਦਾ, ਤੁਸੀਂ ਤਾਂ ਯਾਦ ਹੀ ਕਰਦੇ ਸੀ। ਚੱਲ ਵਧੀਆ ਯਾਰ ਤੂੰ ਆ ਗਿਆ, ਹੋਰ ਕਿਵੇਂ ਪਧੌੜ ਗਿਆ। ਉਹ ਵਧੀਆ ਵਧੀਆ ਤੂੰ ਦੱਸ। ਹੋਰ ਠੀਕ ਆ ਠੀਕ ਆ, ਕਿਵੇਂ ਮੌੜਾ ਵਾਲਿਆ। ਵਧੀਆ ਵਧੀਆ ਤੂੰ ਦੱਸ। ਉਹ ਮੈਂ ਕਿਹਦਾ ਦੱਸਣਾ ਮੇਰਾ ਸਿਆਲਾ ਯਾਰ, ਪੁੱਛ ਨਾ ਸਾਲੀ, ਮੇਰੀ ਨਾ ਚੈਨ ਜਾ ਨਹੀਂ ਆਉਂਦਾ ਕਿਸੇ ਪਾਛੇ। ਕਿਵੇਂ ਉਹ ਜਿਹੜੀ ਆਪਾਂ ਚੌਧਰ ਭਾਲਦੇ ਸੀ, ਆਪਾਂ ਨੂੰ ਉਹ ਚੌਧਰ ਦਰਅਸਲ ਮਿਲੀ। ਓਏ ਇੱਕ ਗੱਲ ਹੋਰ ਆ, ਪਹਿਲਾਂ ਤੂੰ ਇਕੱਲੇ ਨੇ ਆਪਦੀ ਵੀ ਟੀਮ ਜੀ ਬਣਾ ਲਈ ਸੀ ਯਾਰ। ਓ ਟੀਮ ਕੀ ਗੱਲ ਸੁਣ, ਹੁਣ ਜਿਹਦੇ 'ਚ ਮੇਰਾ ਜਿਹੜੀ ਟੀਮ 'ਚ ਬਾਪੂ ਹੁੰਦਾ ਸੀ ਪਹਿਲਾਂ, ਉਹ ਟੀਮ ਛੱਡ ਕੇ ਮੈਂ ਦੂਜੀ ਟੀਮ 'ਚ ਰਲ ਗਿਆ ਸੀ ਜਿਹੜੀ ਹੁਣ ਮੌਜੂਦਾ ਟੀਮ ਹੈ ਹੈਂ। ਉੱਥੇ ਮੈਂ ਵਧੀਆ ਨਜ਼ਾਰੇ ਲਏ, ਉਦੋਂ ਬਾਅਦ 'ਚ ਮੈਨੂੰ ਐਂ ਹੋਇਆ ਜਿਹੜੀ ਹੁਣ ਟੀਮ ਹੈ ਇੱਧਰ ਦਿੱਲੀ ਅੰਨੀ ਦੀ, ਵੀ ਇਹਨਾਂ ਨਾਲ ਰਲ ਜਾਂਦੇ ਹਾਂ। ਇਹ ਮੇਰੇ ਛਾਲੇ ਦੀ ਟੀਮ ਨੇ ਜਿਹੜੀ ਮੈਂ ਚੌਧਰ ਭਾਲਦਾ ਸੀ, ਮੈਨੂੰ ਉਹ ਚੌਧਰ ਨਹੀਂ ਦਿੱਤੀ, ਮੈਂ ਤਾਂ ਆਪਦੀ ਟੀਮ ਬਣਾਈ ਸੀ। ਉਹ ਤੈਨੂੰ ਦਿੱਤੀ ਤਾਂ ਹੈਗੀ ਸੀ ਚੌਧਰ ਉਹਨਾਂ ਨੇ, ਕਹਿਦੀ ਚੌਧਰ ਸੀ ਉਹ ਜਿਹੀਆਂ ਚੌਧਰਾਂ ਦਾ ਮੈਂ ਠੋਕਰ ਮਾਰਦਾ, ਤਾਂ ਹੀ ਤਾਂ ਮੈਂ ਛੱਡੀ ਉਹ ਚੌਧਰ। ਗੱਲ ਸੁਣ, ਜੇ ਮੈਂ ਕੁਛ ਨਾ ਕੁਛ ਬਣੂਗਾ, ਤੁਸੀਂ ਤਾਂ ਨਾਲ ਦੀ ਨਾਲ ਹੀ ਬਣੇ ਪਏ ਹੋ, ਠੀਕ ਹੈ ਨਾ, ਤੁਸੀਂ ਦੋਨੇ ਮੇਰੇ ਨਾਲ ਹੋ। ਹਾਂ ਅਸੀਂ ਤੇਰੇ ਨਾਲ ਆ, ਤੂੰ ਦੱਸ ਕਰਨਾ ਕੀ ਹੈ। ਕਰਨਾ ਕੀ ਆ, ਮੈਂ ਐਂ ਕਹਿੰਦਾ ਜਿਹੜੀ ਟੀਮ 'ਚ ਮੈਂ ਪਹਿਲਾਂ ਚੌਧਰ ਕਰਦਾ ਹੁੰਦਾ ਸੀ, ਤੇਰੇ ਬਾਪੂ ਵਾਲੀ 'ਚ, ਓਏ ਬਾਪੂ ਵਾਲੀ 'ਚ ਤਾਂ ਉਹ ਤਾਂ ਬੇਕਾਰ ਹੋਈ ਬੈਠੀ ਹੈ,
प्रवाह कर दी गल हो जे अपने बंदे मगर ने की करांगे आपां माड़ा मोटा लालच दे देंगे जेडे क्लोज जेडे दूर आले फेसबुक ते लाइव होके छट्स पाई दे देंगे कोइंसिडेंसी दे अंग्रेजी दे मारांगे 20 शब्द ना तैनू बोलण दा भी तजरबा कहनू है जदों मेरे शाले दी कोई गल नहीं आउड़दी उदों अंग्रेजी दे चार शब्द छड़ दियो गल सुनो एक मेरी हुण आपां चलदे आ मौजूदा टीम कोले ठीक है ਉਹ ਟੀਮ ਕੋਲੇ ਮੈਂ ਗੱਲਬਾਤ ਕਰੀ ਬੈਠੇ ਉਹ ਕਹਿੰਦੇ ਆ ਜੀ ਠੀਕ ਹੈ ਮੈਂ ਜਦੋਂ ਤੁਸੀਂ ਦੋਨੇ ਮੇਰੇ ਨਾਲ ਹੋ ਗਏ ਆਪਣੀ ਕੋਇਨਸੀਡੈਂਸੀ ਵਧ ਗਈ ਠੀਕ ਹੈ ਨਾ ਆਪਾਂ ਚੱਲਦੇ ਹਾਂ ਆਪਾਂ ਵੜਦੇ ਹਾਂ ਇਸ ਟੀਮ ਨਾਲ ਗੱਲ ਸੁਣੋ ਆਪਾਂ ਨੂੰ ਗੋਲ ਕਰਨ ਨੂੰ ਲੱਗੂ ਥੋੜਾ ਟਾਈਮ ਠੀਕ ਹੈ ਤੁਸੀਂ ਮੇਰੇ ਨਾਲ ਰਹੋ ਅਸੀਂ ਤਾਂ ਨਾਲ ਠੀਕ ਹੈ ਨਾ ਇੱਕ ਗੱਲ ਹੋਰ ਵੀ ਹੈ ਜਿਹੜੇ ਬੰਦੇ ਝੂਲਾ ਚੱਕ ਹੋਣ ਉਹਨੂੰ ਜਿਹੜੀ ਟੀਮ ਹੈ ਛੇਤੀ ਨੇੜੇ ਨਹੀਂ ਲਾਉਂਦੀ ਦੂਰ ਦੂਰ ਰੱਖਦੀ ਹੈ ਆਪਾਂ ਹੌਲੀ ਹੌਲੀ ਪਾੜਾਂਗੇ ਉਹਨਾਂ ਨੂੰ ਠੀਕ ਹੈ ਇੱਧਰ ਉੱਧਰ ਚੁਗਲੀਆਂ ਚਗਲੀਆਂ ਕਰਕੇ ਆਪਾਂ ਜਮਾ ਨੇੜੇ ਹੋ ਜਾਵਾਂਗੇ ਛੱਟੇ ਛੁੱਟੇ ਮਾਰ ਕੇ ਠੀਕ ਹੈ ਛੱਟੇ ਇੱਥੇ ਵੀ ਮਾਰਨੇ ਪੈਣੇ ਹੈ ਚੱਕੋ ਫਿਰ ਚੱਕੋ ਠੀਕ ਹੈ ਨਾ ਬਸ ਤੁਸੀਂ ਇਹ ਸ਼ਰੀਫ ਜੇ ਬਣ ਕੇ ਖੜੇ ਰਹੋ ਠੀਕ ਹੈ ਮੌੜਾਂ ਵਾਲੇ ਪਧੌੜ ਵਾਲੇ ਬਸ ਠੀਕ ਹੈ ਠੀਕ ਹੈ ਨਾ ਚਲੋ ਫਿਰ ਮੈਂ ਆਪੇ ਕਰੂੰਗਾ ਸਾਰਾ ਕੰਮ ਠੀਕ ਹੈ ਚੱਕ ਲਾ ਕੇ ਲਈ ਹੈ खुद मुख्तियारी भाल दिया मेरे छे दो तीन साल लगन गए गल सुन लाई बस तुसी यही करो भी ऐतकी जेडे अगले मूहरे पांच साल है ये अपनी टीम दा ये दा राज है जेडी च हुण शामिल होण जा रहे साडे काम तां होणगे ना यार गल सुन ठाणे चो तुसी पैसे खाया करियो जदों थोड़ी सरकार उत्ते अपनी टीम दी होई सारा कुछ ही चलूगा ठीक है आपां पैसे पाणे चौधर दे भुखे आपां ठीक है चौधर आपां नूं मिलूगी पर चौधर नूं साल दो साल लगणगे राहुल राहुल ठीक ठाक है अपना टीम दे प्रधान साहब नु मिलना सी जी ओ पाकिस्तान दे कोई आए हुए नहीं अच्छा ओ अंदर बिजी नहीं है अच्छा वेट कर लो थोड़ी टाइम अच्छा फिर बाहर बैठिए हां जी कोई नहीं जी कोई गल नहीं चल बैठ जा पता की गल है ये गल्ला हुंदी है कहने कोई गल नहीं बैठ जा एक दिन यही झूठ मारू अपन रुक जा जदों आप ये टीम च घुस गए आप पहले वाली टीम च भी चुगलियां चप्पे इधर उधर करते रहे इत्थे आपां नेड़े हो जाणा जमा बस ठीक जे आपां इस प्रधान दे नेड़े हो गए टीम दे समझ लै अपनी चांदी है ठीक है पैसे कोई नहीं मैनू लगता भलाथ वाले तेरी हुण इज्जत नहीं इत्थे रही ओहो क्यों मेरे छाले टेंशन लेने ठीक है ना सब कुछ टाइम हले तो अपन लोगों का भी सामना करना पैना टेंशन है जे स्वाद लेना पांच साल अज का दिन जे दस घंटे भी लगन गए ठीक है टाइम बहुत हो गया क्यों टेंशन लेना पदौड़िया क्यों टेंशन ले वेट फॉर यू मस्ट अगेन एंड द टच सेट एंड द प्लान इज द ओ मेनू ऐ लगदा भी लोकां नू पहले ही ना पता लग जे टेंशन ना ले किसे मीडिया नू नहीं पता किसे सीढ़िया नू नहीं पता आपा बैठे हैं इत्थे बेफिक्र है गड्डियां तो तीन हजार खड़ियां अंदर ओए गल सुन मेनू ये लग रहा है सीताफल वाले मैडम आई भी आवे वैसे तो अपन कैमरे च देख लिया होना अपने टीम के प्रधान ने अरे जानू अपनी इस सेहत का ख्याल क्यों नहीं रखते कितने फ्रूट्स आते हैं सीताफल आता है ऑरेंज आता है क्यों नहीं खाते आप
आ जाओ जी, वो जा रहे हैं, 5 मिनट हैं बस, जल्दी आ जाओ। निम्रता रहनी है, चुप करके मुंह नु तुसी एलपी ला लो, तुसी नहीं बोलना, जो बोलना मैं बोलना है बस। अरे बेबी एक बात और सुनो हमारी। बोलो। इस साल में आपके साथ रहना चाहती हूँ। रहो, मैं कदों कह रही हूँ मेरे नाल ना रहो, हूं तक भी तो थोनू मैं रखी नहीं। देख रहे हैं ये भू लग गया मेरे कड़े, वही वृद्धा का बूटा है, वही इशारा कुछ ऐसी इच्छा मिलते रहे, पहला मैं क्या बहुत कड़े थे। अच्छा जदों अपनी चौधर होगी मध्यास कोठियां ले लीए जी, बस हम इतने चमचा करी छिट्टिया का जोर रखना। बस ठीक है, मैं तो कहनी भी नाली चक्की फिरदा। आ जाओ आ जाओ। देखो जी मैं मैनू पता सी ये जड़ी मेरी पार्टी है, ये मेरी पार्टी आप दी है, मैं पार्टी शामिल हो गया। पार्टी छोड़ी आप दी है, आप दी है, ठीक है, तुझे भी साथ आप दे हो। क्या करके भी देखो मेरी गलती है, मैं दूजी पार्टी च गया, मैनू लिया च दित्ते। बड़ी गलती है, बहुत बड़ी गलती है, मैं गया इट बिटवीन भी आलसो दैट इज वेयर कंटेंट करन सीगा भी चलो सानू इन्होंने लालच दिते भी थोनों असी पार्टी प्रधान ला देंगे। मैनू पार्टी प्रधान दा लाया भी पर मेरे हाथ पल्ले कुछ नहीं सी। यू आर ऑल पॉइंट रोंग। या पर प्रधान साहब तुसी भी मेरे ते 5-6 परचे ठोक दिते, मैनू इस गल्ल दी करनी सी उदा। हां चलो बाप च करा दियो, हुण तां हो दूंगा। हां ठीक है जी, ते ए भी अपने नाल है दोनों, ठीक है जी, जिधर नु आपां जावांगे मगर ही आऊंगे जी, ते हुण मीडिया नु भी पता लग गया जी, उधर भी बयान बयून देना है। देखो जी लोक है, असीं हर साल उन्हां नु गप मारदे हैं, लोक साडे मगर लगदे हैं, ऐतक भी कोई ना कोई नवा गप छड़दे आ के मैं सारी स्क्रिप्ट तैयार करी बैठा, जिथे भुलूंगा उथे अंग्रेजी बोलूं। लोक कहंदे दिल दा छा बंग बिल्कुल, पर लोक एक गल हो रहा प्रधान साहब, लोक सियाणे हो चले, अगे आपां इस स्टेज ते होर गप मारदे सी अगली ते होर, हुण इस स्टेज ते गप मारदे अगली ते गप मारदे अगले, वीडियो दिखा दिंदे वी आ देख मेरे छड़े उथे ऐ बोलदा सी किथे। जे पंजाब दे लोक इन्ने तरक्की च हो जाण तां, जे पंजाब दे लोक इन्ने एक्टिव होण तां पंजाब तरक्की ने करदे। सही गल्ल, चमचे बथेरे ने, तुसी फिकर ना करो कोई। पर एक गल है, एक गल है प्रधान साहब, सारे वड्डे चमचियां चो थोड़ा चमचा मैं वड्डा, थोड़ी चमचागिरी करूंगा जी। जिहड़ा तुसी पहला फैसला लिया प्लस साहब, वह बहुत गलत लिया, बहुत गलत। सॉरी, वैसे मैं एक गल होर कहनी चाहना है, मैं अपनी टीम चो कल्ला गया सी, कल्ला गए सी, बहुत वड्डा कट्टा पाया तुसी मेरे बारे, बहुत गलती मानदा, गया कल्ला सी, दो पट लिया। वेरी गुड, बिल्कुल बिल्कुल, हुण अपने नाल दो हो गए, जे अपनी टीम चो 3-4 निकल भी जाणगे अपनी टीम नूं फर्क कोई नहीं, मतलब इंजन हो, ठीक है जी, जेड़ा दूजा इंजन है वो तो हम कोले वाला इंजन है छेड़ते लगे, ठीक है, अपने ही है जी, वो तो मेनू पता है, आप कट्ठे का पालट गया करते हैं, कट्ठे बहने, आप तो लोगों नू फुद्दू बनाने। चलो ओ मैं थोड़े इंटरव्यूआं दे विच कह कर निकल गया, मेरे आले तो तुसी पुट्ठा बोले बोले पूसा लंबारे क्यों पुट्ठा। इट बिटवीन भी मैं शब्द वापस लेने, ठीक है जी, मैं शब्द वापस लेना, रूशा फूशा सब मेरिया भैन, मैं इस हिसाब ना आपका मीडिया च बयान दे दूंगा। अब मैं 2 मिनट बाद च बहन लगे जी बयान, मीडिया वेट कर रहे हैं, तो हूँ आप फोटो करा लीए जी, फिर आप पा दिए लोगों को पता लग बस जी। प्रधान साहब हूँ तो थोड़े रखण दे, प्रधान साहब थोड़े मूहरे हाथ बन्ने, मैनू कोई योग अहुदा दियो नाले इन्हां नूं दोनां नूं 2022 तक वेट करो। नहीं नहीं प्रधान साहब आए नहीं, आए नहीं। मैनू की लाऊंगे थोनू दे दांगे अहुदा नारी मेरी। ओहो कोई गल नहीं कोई गल, खर्चा इधर 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 इन्हें भी दो अहुदा पक्का करो इन्हां नूं।
ਉਹਨੂੰ ਆਪਾਂ ਬਣਾ ਦਾਂਗੇ 25 ਪਿੰਡ ਵਾਲੇ ਬਲਾਕ ਸੰਮਤੀ ਦਾ ਪ੍ਰਧਾਨ ਬਣਾ ਦਾਂਗੇ। ਹੁਣ ਤੁਸੀਂ ਹੈਗੇ ਦੇਖੋ ਮੈਂਬਰ, ਤੁਹਾਡੀ ਚੜ੍ਹਾਈ ਉਦੋਂ ਦੁੱਗਣੀ ਹੋ ਕਿਉਂਕਿ ਸਰਕਾਰ ਦੁੱਗਣੀ ਚੁੱਗਣੀ ਚੱਲੂ ਮੋਟੀਆਂ ਕਮਾਈਆਂ ਕਰੋਗੇ। ਇਹ ਪਾਰਟੀਆਂ ਪੁਰਟੀਆਂ 'ਚ ਕੀ ਰੱਖਿਆ? ਬਾਕੀ ਪ੍ਰਧਾਨ ਸਾਹਿਬ ਇਹਨਾਂ ਦੇ ਤੂੰ ਜਿੰਨੇ ਵੀ ਠਾਣੇ ਆ ਤੇਰੇ, ਠੀਕ ਹੈ 50,000 ਰੁਪਈਆ ਇੱਕ ਐਸਐਚ ਤੋਂ ਲੈਣਾ ਸ਼ੁਰੂ ਕਰ ਦੇ ਅੱਜ ਤੋਂ ਹੀ। ਲੱਖ 50,000 ਇੱਧਰ, 50 ਇੱਧਰ, 50 ਤੇਰਾ, ਠੀਕ ਹੈ ਬਸ ਠੀਕ ਹੈ। ਤੁਸੀਂ ਆਪਣੇ ਬੱਚੇ ਹੋ ਸਰ, ਠੀਕ ਕੋਈ ਗੱਲ ਨਹੀਂ।